ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟਰੁੱਥਵੇ ਨਿਊਜ਼ ਚੈਨਲ। ਮਹਾਨਗਰ ਬਠਿੰਡਾ ਵਿਖੇ ਇਕੁਇਟਾਸ ਬੈਂਕ ਵੱਲੋਂ ਕਾਵਾ ਵੈਲਫੇਅਰ ਸੁਸਾਇਟੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਕੁਇਟਾਸ ਬੈਂਕ ਦੇ ਬ੍ਰਾਂਚ ਮੈਨੇਜਰ ਗਗਨ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੂਨਦਾਨ ਕੈਂਪ ਲਗਾਉਣ ਦਾ ਮਕਸਦ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਦੱਸਿਆ ਕਿ ਖੂਨਦਾਨ ਇੱਕ ਸਭ ਤੋਂ ਵੱਡਾ ਧਰਮ ਹੈ। ਆਓ ਦੇਖਦੇ ਹਾਂ ਟਰੁੱਥਵੇ ਦੀ ਵਿਸ਼ੇਸ਼ ਰਿਪੋਰਟ। ਮੈਂ ਗਗਨ ਗਰਗ, ਇਕੁਇਟਾਸ ਸਮਾਲ ਫਾਈਨਾਂਸ ਬੈਂਕ ਵਿੱਚ ਮੈਂ ਬ੍ਰਾਂਚ ਸੇਲਸ ਮੈਨੇਜਰ ਹਾਂ ਅਤੇ ਸਾਡਾ ਇਹ ਮਤਲਬ ਖੂਨਦਾਨ ਦਾ ਜਿਹੜਾ ਕੈਂਪ ਲਗਾਉਣ ਦਾ ਮੇਨ ਮਕਸਦ ਸੀਗਾ ਲੋਕਾਂ ਨੂੰ ਖੂਨਦਾਨ ਬਾਰੇ ਅਵੇਅਰ ਕਰਨਾ ਕਿ ਖੂਨਦਾਨ ਦੇਣਾ ਇੱਕ ਸਭ ਤੋਂ ਵੱਡਾ ਧਰਮ ਹੈ ਕਿਉਂਕਿ ਇਹ ਧਰਮ ਉਹੋ ਜਿਹਾ ਧਰਮ ਹੈ ਜਿਸ ਵਿੱਚ ਕੋਈ ਵੀ ਮਨੁੱਖਤਾ ਨਹੀਂ ਆਉਂਦੀ, ਜਿਹਦੇ ਵਿੱਚ ਇਨਸਾਨੀਅਤ ਆਉਂਦੀ ਹੈ, ਜਿਸ ਦੇ ਵਿੱਚ ਕਿਸੇ ਨੂੰ ਕਿਸੇ ਵੀ ਧਰਮ ਦੇ ਨਾਲ ਨਹੀਂ ਜੋੜਿਆ ਜਾਂਦਾ ਅਤੇ ਉਹਦੇ ਬਾਰੇ ਅਸੀਂ ਮਤਲਬ ਲੋਕਾਂ ਨੂੰ ਉਜਾਗਰ ਕਰਨ ਲਈ ਦੱਸਿਆ। ਦੂਜਾ ਸਾਡਾ ਇੱਕ ਮਤਲਬ ਬੈਂਕ ਦੇ ਬਾਰੇ ਵੀ ਚਲੋ ਇਹ ਸੀਗਾ ਵੀ ਅਸੀਂ ਕਿਸੇ ਸੰਸਥਾ ਦੇ ਨਾਲ ਜੁੜ ਕੇ ਵੀ ਬੈਂਕ ਦਾ ਇੱਕ ਮੇਨ ਜਿਹੜਾ ਮੋਟਿਵ ਹੈ ਉਹਨੂੰ ਕਲੀਅਰ ਕਰੀਏ, ਸਾਡੇ ਬੈਂਕ ਦੇ ਜੋ ਮੇਨ ਮਤਲਬ ਬੈਨੀਫਿਟਸ ਹੈ ਉਹਨਾਂ ਨੂੰ ਉਜਾਗਰ ਕਰੀਏ, ਮੇਨ ਇਹੀ ਮਕਸਦ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਇਕੁਇਟਾਸ ਬੈਂਕ ਵੱਲੋਂ ਅੱਜ ਇਹ ਦਾਦੀ ਬੁੱਧੀ ਪਾਰਕ ਫੇਸ 3 ਵਿੱਚ ਇੱਕ ਖੂਨਦਾਨ ਕੈਂਪ ਲਗਾਇਆ। ਖੂਨਦਾਨ ਜਿਹੜਾ ਕਿ ਮਹਾਦਾਨ ਕਿਹਾ ਜਾਂਦਾ ਹੈਗਾ, ਅਸੀਂ ਕਾਵਾ ਵੈਲਫੇਅਰ ਸੁਸਾਇਟੀ ਜਿਹੜੀ ਫੇਸ 3 ਹੈ ਉਹਨਾਂ ਦੇ ਸਹਿਯੋਗ ਨਾਲ ਅਤੇ ਗੁਰੂ ਗੋਬਿੰਦ ਸਿੰਘ ਬਲੱਡ ਬੈਂਕ ਵੱਲੋਂ, ਚੈਰੀਟੇਬਲ ਬਲੱਡ ਬੈਂਕ ਵੱਲੋਂ ਇੱਕ ਖੂਨਦਾਨ ਕੈਂਪ ਅੱਜ ਲਗਾਇਆ ਗਿਆ। ਅੱਜ ਇੱਥੇ ਕਾਫੀ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ, ਕਾਫੀ ਦਾਨੀ ਸੱਜਣਾਂ ਨੇ ਇੱਥੇ ਆ ਕੇ ਆਪਣਾ ਖੂਨਦਾਨ ਕੀਤਾ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਾਡਾ ਬੈਂਕ ਬੀਬੀ ਵਾਲਾ ਰੋਡ 'ਤੇ ICICI ਬੈਂਕ ਦੇ ਨਜ਼ਦੀਕ ਲਾਈਟਾਂ 'ਤੇ ਸਥਿਤ ਹੈ। ਸਾਡੇ ਕੋਲ ਸਾਰੀਆਂ ਸੁਵਿਧਾਵਾਂ ਨੇ ਜਿਹੜੀਆਂ ਕਿ ਸੇਵਿੰਗ ਅਕਾਊਂਟ, ਕਰੰਟ ਅਕਾਊਂਟ, ਲੋਕਰਸ, ਔਰ ਸਾਡੀ ਚਾਰ ਫ੍ਰੀ ਬੈਂਕਿੰਗ ਖਰਚੇ ਸਾਡੇ ਨਾਮ ਮਾਤਰ ਹੈ। ਸਾਨੂੰ ਸਾਡੇ ਬੈਂਕ 'ਚ ਵੀ ਇੱਕ ਵਾਰੀ ਆ ਕੇ ਜ਼ਰੂਰ ਦਰਸ਼ਨ ਦਿਓ ਅਤੇ ਸਾਡੀਆਂ ਸੁਵਿਧਾਵਾਂ, ਸੇਵਿੰਗ ਖਾਤੇ 'ਤੇ ਅਸੀਂ ਆਪ ਨੂੰ 7% ਅਤੇ FD 'ਤੇ ਆਪ ਨੂੰ 9% ਦਿੱਤਾ।